ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਹਦੇ 'ਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਾਟਰ ਸਪਲਾਈ ਰਿਕਰੂਟਮੈਂਟ ਦੇ ਬਾਰੇ ਵਿੱਚ। ਪੂਰੀ ਡਿਟੇਲ 'ਚ ਗੱਲ ਕਰਾਂਗੇ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਕਿੱਦਾਂ ਅਪਲਾਈ ਕਰਨਾ ਹੈ, ਔਰ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਰਹੇਗਾ, ਪੂਰੀ ਡਿਟੇਲ 'ਚ ਗੱਲ ਕਰਾਂਗੇ। ਉਸ ਤੋਂ ਪਹਿਲਾਂ ਅਗਰ ਸਾਡੀ ਵੈਬਸਾਈਟ ਔਰ ਸਾਡੀ ਸਾਡੀ ਯੂਟਿਊਬ ਚੈਨਲ 'ਤੇ ਫਸਟ ਟਾਈਮ ਵਿਜਿਟ ਕਰ ਰਹੇ ਹੋ, ਸਬਸਕ੍ਰਾਈਬ ਬਟਨ ਔਰ ਬੈਲ ਬਟਨ ਨੂੰ ਦੁਬਾਰਾ ਨਾ ਭੁੱਲਣਾ ਕਿਸੇ ਵੀ ਨਵੀਂ ਗਵਰਨਮੈਂਟ ਜੋਬ ਦੇ ਅਪਡੇਟ ਦੇ ਲਈ। ਔਰ ਦੱਸਣਾ ਚਾਹਾਂਗਾ ਸਾਡੀ ਵੈਬਸਾਈਟ www.clory.com ਤੇ ਵਿਜਿਟ ਜ਼ਰੂਰ ਕਰਨਾ, ਜਿਹਦੇ ਉੱਪਰ ਅਸੀਂ ਡੇਲੀ ਬੇਸਿਸ 'ਤੇ ਆਉਣ ਵਾਲੀਆਂ ਪ੍ਰਾਈਵੇਟ ਗਵਰਨਮੈਂਟ, ਸੈਂਟਰ ਗਵਰਨਮੈਂਟ, ਸਟੇਟਮੈਂਟ ਗਵਰਨਮੈਂਟ ਦੀ ਜਿਹੜੀ ਹੈ ਰਿਕਰੂਟਮੈਂਟ ਹੈ ਅਸੀਂ ਅਪਡੇਟ ਕਰਦੇ ਰਹਿੰਦੇ ਟਾਈਮ ਟੂ ਟਾਈਮ, ਤੁਸੀਂ ਉਹ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਔਰ ਦੱਸਣਾ ਚਾਹਾਂਗਾ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਮਿਲ ਜਾਏਗਾ, ਉੱਥੋਂ ਡਾਊਨਲੋਡ ਕਰਕੇ ਤੁਸੀਂ ਤਿਆਰੀ ਕਰ ਸਕਦੇ ਹੋ। ਔਰ ਦੱਸਣਾ ਚਾਹਾਂਗਾ ਇਸ ਰਿਕਰੂਟਮੈਂਟ ਤੋਂ ਇਲਾਵਾ 3 ਤੋਂ 4 ਰਿਕਰੂਟਮੈਂਟ ਨਵੀਆਂ ਆਊਟ ਹੋਈਆਂ ਨੇ, ਜਿਹੜੀ ਕਿ ਅਸੀਂ ਆਪਣੀ ਵੈਬਸਾਈਟ ਦੇ ਉੱਪਰ ਆਲਰੇਡੀ ਅਪਡੇਟ ਕਰ ਚੁੱਕੇ ਹਾਂ, ਉੱਥੋਂ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਚਲੋ ਹੁਣ ਗੱਲ ਕਰਦੇ ਹਾਂ ਰਿਕਰੂਟਮੈਂਟ ਆਊਟ ਹੋਈ ਹੈ ਪੰਜਾਬ ਵਾਟਰ ਸਪਲਾਈ ਰਿਕਰੂਟਮੈਂਟ 2019। ਇਹ ਜਿਹੜੀ ਰਿਕਰੂਟਮੈਂਟ ਹੋਈ ਹੈ ਇਹਦੇ ਵਿੱਚ ਅਲੱਗ ਅਲੱਗ ਪੋਸਟ ਜਿਹੜੀਆਂ ਨੇ ਆਊਟ ਹੋਈਆਂ ਨੇ, ਨੰਬਰ ਆਫ ਪੋਸਟ ਜਿਹੜੀਆਂ ਨੇ ਉਹ ਮੈਂ ਤੁਹਾਨੂੰ ਦੱਸਾਂਗਾ ਡਿਟੇਲ ਦੇ ਵਿੱਚ। ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਹੈ, ਠੀਕ ਹੈ ਜੀ। ਉਹਨਾਂ ਨੇ ਜਿਹੜੀਆਂ ਨੇ ਸਭ ਤੋਂ ਪਹਿਲਾਂ ਜਾਵਾ ਐਪਲੀਕੇਸ਼ਨ ਡਿਵੈਲਪਰ, IIEC ਸਟੇਟ ਲੈਵਲ ਕੋਆਰਡੀਨੇਟਰ ਐਂਡ ਟ੍ਰੇਨਿੰਗ ਹੈੱਡ ਦੇ ਲਈ ਜਿਹੜੀ ਹੈ ਐਪਲੀਕੇਸ਼ਨ ਦੀ ਡਿਮਾਂਡ ਕੀਤੀ ਹੈ। ਔਰ ਮੈਂ ਦੱਸਣਾ ਚਾਹਾਂਗਾ ਜਿਹੜੀ ਨੰਬਰ ਆਫ ਪੋਸਟ ਨੇ ਉਹ ਟੋਟਲ 3 ਨੇ, ਠੀਕ ਹੈ ਜੀ। ਮੈਂ ਆਲਰੇਡੀ ਜਿਹੜੇ ਪੋਸਟ ਨੇਮ ਉਹ ਦੱਸ ਚੁੱਕਿਆ, ਜਾਵਾ ਐਪਲੀਕੇਸ਼ਨ ਡਿਵੈਲਪਰ, IIEC ਸਟੇਟ ਲੈਵਲ ਕੋਆਰਡੀਨੇਟਰ, ਟ੍ਰੇਨਿੰਗ ਹੈੱਡ। ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ, ਇਹਨਾਂ ਤਿੰਨਾਂ ਲਈ ਜਿਹੜੇ ਨੇ ਅਲੱਗ ਅਲੱਗ ਨੋਟੀਫਿਕੇਸ਼ਨ ਆਊਟ ਹੋਏ ਨੇ, ਉਹਦੇ ਲਈ ਜਿਹੜੇ ਅਫੀਸ਼ੀਅਲ ਨੋਟੀਫਿਕੇਸ਼ਨ ਨੇ ਉਹ ਅਲੱਗ ਨੇ, ਔਰ ਅਪਲਾਈ ਕਰਨ ਦਾ ਜਿਹੜਾ ਮੂਡ ਹੈ ਉਹਨਾਂ ਵੀ ਅਲੱਗ ਅਲੱਗ ਹੈ, ਤਿੰਨਾਂ ਦਾ ਅਲੱਗ ਅਲੱਗ ਤੋਂ ਅਪਲਾਈ ਕਰਨਾ ਪਏਗਾ। ਔਰ ਲਾਸਟ ਡੇਟ ਜਿਹੜੀ ਹੈਗੀ ਹੈ ਉਹ ਹੈਗੀ ਹੈ 4 ਅਕਤੂਬਰ 2019। ਔਰ ਕੁਆਲੀਫਿਕੇਸ਼ਨ ਮੈਂ ਇਸ ਕਰਕੇ ਇੱਥੇ ਮੈਂਸ਼ਨ ਨਹੀਂ ਕੀਤਾ ਹੋਇਆ ਜਾਂ ਐਕਸਪੀਰੀਅੰਸ ਮੈਂਸ਼ਨ ਨਹੀਂ ਕੀਤਾ ਹੋਇਆ, ਕਿਉਂਕਿ ਉਹਦੇ ਲਈ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਹੈ ਉਹ ਪੂਰਾ ਰੀਡ ਆਊਟ ਕਰਨਾ ਪਏਗਾ। ਉਹਦੇ ਵਿੱਚ 1 ਤੋਂ 1.5 ਪੇਜ ਦੇ ਨੋਟੀਫਿਕੇਸ਼ਨ ਜਿਹੜੇ ਪਰ ਜੋਬ ਉਹਨਾਂ ਨੇ ਅਪਡੇਟ ਕੀਤੇ ਹੋਏ ਨੇ, ਉਹ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਕਿੱਥੋਂ ਚੈੱਕ ਕਰਨਾ। ਐਪਲੀਕੇਸ਼ਨ ਮੋਡ ਜਿਹੜਾ ਹੋ ਰਹੇਗਾ ਉਹ ਆਨਲਾਈਨ ਰਹੇਗਾ, ਏਜ ਲਿਮਿਟ ਉਹਨਾਂ ਨੇ ਕੋਈ ਸਪੈਸੀਫਾਈ ਨਹੀਂ ਕੀਤੀ ਹੋਈ ਹੈ। ਸੈਲਰੀ ਦੀ ਗੱਲ ਕਰੀਏ ਤਾਂ 40,000 ਤੋਂ ਲੈ ਕੇ 60,000 ਜਿਹੜੀ ਹੈ ਸੈਲਰੀ ਹੈ। ਆਪਾਂ ਹੁਣ ਗੱਲ ਕਰਦੇ ਹਾਂ ਅਫੀਸ਼ੀਅਲ ਵੈਬਸਾਈਟ 'ਤੇ, ਜਿਹੜੀ ਕਿ ਇੱਥੇ ਤੁਸੀਂ ਕਲਿੱਕ ਕਰੋਗੇ ਕਲਿੱਕ ਹੇਅਰ 'ਤੇ ਤਾਂ ਅਫੀਸ਼ੀਅਲ ਵੈਬਸਾਈਟ ਜਿਹੜੀ ਤੁਹਾਡੇ ਕੋਲ ਓਪਨ ਹੋ ਜਾਏਗੀ, ਠੀਕ ਹੈ ਜੀ। ਜਿੱਦਾਂ ਤੁਸੀਂ ਓਪਨ ਹੋਏਗਾ ਤੁਹਾਡੇ ਕੋਲ ਇਹ ਵਾਲੀ ਨੋਟੀਫਿਕੇਸ਼ਨ ਆਊਟ ਹੋਏਗਾ। ਤੁਸੀਂ ਜਿਹੜਾ ਚੈੱਕ ਕਰਨਾ, ਦੇਖੋ ਇਹ ਵਾਲਾ ਨੋਟੀਫਿਕੇਸ਼ਨ ਜਿਹੜਾ ਲਾਸਟ ਡੇ 3 ਅਕਤੂਬਰ 4 ਅਕਤੂਬਰ 4 ਅਕਤੂਬਰ ਹੈ, ਠੀਕ ਹੈ ਜੀ। ਸਭ ਤੋਂ ਪਹਿਲੀ ਜਾਵਾ ਐਪਲੀਕੇਸ਼ਨ ਡਿਵੈਲਪਰ ਦੀ ਹੈ, ਉਹਦੀ ਐਡਵਰਟੀਜ਼ਮੈਂਟ ਤੁਸੀਂ ਚੈੱਕ ਕਰਨ ਦੇ ਲਈ ਡਾਊਨਲੋਡ ਡਿਟੇਲ ਐਡਵਰਟੀਜ਼ਮੈਂਟ 'ਤੇ ਕਲਿੱਕ ਕਰੋਗੇ, ਠੀਕ ਹੈ ਜੀ, ਔਰ ਤੁਹਾਡੇ ਕੋਲ ਜਿਹੜੀ ਹੈ ਉਹ ਓਪਨ ਹੋ ਜਾਏਗੀ, ਠੀਕ ਹੈ ਜੀ। ਜੇਕਰ ਤੁਸੀਂ ਮੈਂ ਤਾਂ ਆਲਰੇਡੀ ਡਾਊਨਲੋਡ ਕੀਤੀ ਹੋਈ ਹੈ, ਮੈਂ ਓਪਨ ਕਰ ਲੈਣਾ। ਸੋ ਇਹ ਵਾਲੀ ਐਡਵਰਟੀਜ਼ਮੈਂਟ ਹੈਗੀ ਹੈ, ਇਹਦੇ ਵਿੱਚ ਉਹਨਾਂ ਨੇ ਪੂਰੇ ਕੁਆਲੀਫਿਕੇਸ਼ਨ ਬਰੀਫ ਵਿੱਚ ਲਿਖੀ ਹੋਈ ਹੈ, ਇੱਕ ਵਾਰੀ ਇਹਨੂੰ ਰੀਡ ਆਊਟ ਜ਼ਰੂਰ ਕਰ ਲੈਣਾ। ਔਰ ਇੱਕ ਚੀਜ਼ ਤੁਸੀਂ ਹੋਰ ਨੋਟ ਕੀਤੀ ਹੋਏਗੀ, ਇਹਦੇ ਵਿੱਚ ਤੁਹਾਨੂੰ ਨੀਚੇ ਕਲਿੱਕ ਹੇਅਰ ਟੂ ਆਨਲਾਈਨ ਅਪਲਾਈ ਦੀ ਆਪਸ਼ਨ ਆ ਰਹੀ ਹੈ। ਇਹਨਾਂ ਤਿੰਨਾਂ ਨੋਟੀਫਿਕੇਸ਼ਨ ਵਾਲੀ ਅਲੱਗ ਅਲੱਗ ਹੈ, ਤੁਸੀਂ ਉੱਤੇ ਕਲਿੱਕ ਕਰਕੇ ਅਪਲਾਈ ਕਰ ਸਕਦੇ ਹੋ। ਵੱਧ ਤੋਂ ਵੱਧ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਅਪਲਾਈ ਕਰ ਸਕਣ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ।